ਜਿਹੜੀ ਮੇਰੀ ਔਲਾਦ ਹਿੰਮਤ ਬਹੁ ਖੇਂਦੀ ਪਈ ਹੈ ਮੇਰੀ ਪੰਜੀ ਦੇ ਹੋ ਗਈ ਸੇ ਮੰਜੀ ਤੇ ਪੀਆਂ ਓਏ ਹੋਏ ਹੋਏ ਅੱਲਾ ਹੀ ਔਲਾਦ ਕਿਸੇ ਨਾ ਦੇ ਅੱਬਾ ਜੋ ਗੁਲਾਂ ਦਾ ਵੀ ਹੈ ਬਸ ਜਿਹੜੇ ਹਾਲ ਛੋੜਿਆ ਨੇ ਚਾ ਮਰਨ ਵਾਲਾ ਹੋਇਆ ਪੀਆਂ ਅੱਬਾ ਮੈਂ ਅੱਜ ਸੀਰਪ ਚੰਗੀ ਸੀਰਪ ਲੈ ਆਇਆ ਅੱਛਾ ਅੱਗੇ ਵੀ ਜਾ ਸਿਰ ਪਾ ਦਿੱਤੀ ਨਹੀਂ ਕੋਈ ਅਸਰ ਨਹੀਂ ਹੋਇਆ ਅੱਬਾ ਇਹ ਅਸਰ ਕਰੇ ਸੀ ਬਾਬਾ ਆ ਇੱਕ ਚੰਗੀ ਦਵਾਈ ਅੱਬਾ ਲੈ ਤਾਂ ਸਹੀ ਮੋਟੀ ਦਸਨ ਮੈਨੂੰ ਆਦਨ ਤੇਰਾ ਪਿਓ ਜਣਾ ਮਰਨ ਵਾਲਾ ਅੱਛਾ ਚਾਵਲਾਂ ਦੇ ਇੰਤਜ਼ਾਮ ਕਰ ਅੱਛਾ ਅੱਜ 15 ਦਿਨ ਹੋ ਗਏ ਚਾਵਲ ਪੂਸੇ ਪੈਣ ਨਾਲ ਚੂਹੇ ਖਾਦੇ ਰਹਿੰਦੇ ਮੇਰੇ ਤਾਂ ਆਖਰੀ ਸਾਹ ਜੋ ਹਿੰਦ ਪਾਉਣ ਲੈ ਅੱਬਾ ਬਾਕੀ ਜਿਹੜੀ ਤੁਹਾਡੀ ਅੰਮਾ ਹੈ ਭਾਈ ਉਹ ਤਾਂ ਸ਼ਬਦ ਮੇਰੇ ਵਾਸਤੇ ਕਿਤਨੀ ਪਰੇਸ਼ਾਨ ਹੋ ਸੀ ਉਹ ਤਾਂ ਹੀ ਪਤਾ ਕਰੋ ਆ ਚਾ ਪਰੇਸ਼ਾਨ ਹੋ ਸੀ ਅੰਦਰ ਚਿੱਟਾ ਸੂਟ ਲਾ ਤੇ ਨਾ ਟਿਕਟੋਕ ਵਿੱਚ ਬੈਠੀ ਆਈ ਅੱਛਾ ਹੁਣ ਮੇਰੀ ਟੈਨਸ਼ਨ ਹੀ ਕਿਉਂ ਨਹੀਂ ਅੱਬਾ ਜੀ ਆ ਤੈਨੂੰ ਗਰਮੀ ਹੋਈ ਪਈ ਮੈਂ ਮੁਸ਼ਕ ਵੀਰ ਦੀ ਟਿੱਕੀਆਂ ਲਈ ਆ ਜੇ ਡੋਰਾਂ ਦੀ ਵੀ ਡੋਰਾਂ ਅੱਛਾ ਬੰਦੀ ਨੇ ਡੋਰਾਂ ਦੀ ਚੀਜ਼ ਅੱਛਾ ਆਇਆ ਹੈ ਮੈਂ ਤਾਂ ਮੁੜ ਬੱਕਰੀਆਂ ਮਸਰੂਫ ਵਧਾ ਜਾਟ ਬੰਨੇ ਮੁੜ ਤੂੰ ਇਹ ਡੱਕ ਬੱਕਰੀਆਂ ਤੇ ਮੈਂ ਮੁੜ ਪੁੱਛਿਆ ਵਾ ਆਪਣੇ ਬੇਲੀ ਦੇ ਪਿਓ ਨੂੰ ਚਲੋ ਠੀਕ ਹੈ ਮੈਂ ਜਲਦੀ ਕੌਣ ਫੈਰ ਮਰੇ ਦਾ ਪੈ ਉਹ ਖੈਰ ਬਹੁ ਚੰਗਾ ਡਾਕਟਰ